ਜੁਗ ਹੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਿਕ ਹਾਲਤ ਪਲਤ ਦੇ ਰੱਖਿਅਕ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਦੇਵ ਪਿਤਾ ਜੀਆਂ ਦੇ ਪਾਵਨ ਦਰਬਾਰ ਅੰਦਰ ਸੁਭਾਏ ਮਾਨ ਜੁੜ ਬੈਠੀ ਸਮੂਹ ਗੁਰੂ ਰੂਪ ਸਾਧ ਸੰਗਤ ਜੀਓ, ਬੜੇ ਪਿਆਰ ਸਤਿਕਾਰ ਸਹਿਤ ਆਪ ਜੀ ਸਤਿਗੁਰਾਂ ਦੇ ਚਰਨਾਂ ਵਿੱਚ ਬਿਰਾਜਮਾਨ ਨੂੰ ਸਤਿਗੁਰ ਜੀ ਦੀ ਅਪਾਰ ਕਿਰਪਾ ਦੀ ਸਦਕਾ ਅਸੀਂ ਸਾਰੇ ਹੀ ਸਤਿਗੁਰਾਂ ਦੀ ਗੋਦ ਵਿੱਚ ਜੁੜ ਬੈਠੇ ਹਾਂ। ਸਤਿਗੁਰਾਂ ਦੇ ਦਰਸ਼ਨ ਪਰਸਦਿਆਂ ਹੋਇਆਂ ਅਸੀਂ ਸਭ ਨੇ ਸਤਿਗੁਰਾਂ ਦੇ ਪਾਵਨ ਇੱਕ ਸ਼ਬਦ ਦਾ ਪਾਠ ਸ਼ਰਵਣ ਕੀਤਾ। ਇਹ ਸ਼ਬਦ ਅੱਜ ਅਸੀਂ ਆਪਣੇ ਵਿਚਾਰ ਦੇ ਅੰਤਰਗਤ ਹੈ। ਇਸ ਸ਼ਬਦ ਨੂੰ ਉਚਾਰਨ ਧੰਨ ਸ਼੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕੀਤਾ, ਕਿਉਂਕਿ ਗੁਰੂ ਨਾਨਕ ਜੀ ਦੇ ਹੀ ਸ਼ਬਦਾਂ ਨੂੰ ਅਸੀਂ ਨਿਰੰਤਰ ਰੋਜ਼ ਵਿਚਾਰਦੇ ਆ ਰਹੇ ਹਾਂ ਰਾਗ ਆਸਾ ਅੰਦਰ। ਅੱਜ ਇਸ ਸ਼ਬਦ ਨੂੰ ਵੀ ਆਪਾਂ ਵਿਚਾਰਨ ਦਾ ਸਮਝਣ ਦਾ ਯਤਨ ਕਰਨੇ। ਸੋ ਆਓ, ਜਿਤਨੇ ਵੀ ਆਪ ਜੀ ਗੁਰਮੁਖ ਪਿਆਰੇ ਸਤਸੰਗੀ ਜਨ ਸਤਿਗੁਰਾਂ ਦੇ ਦਰਬਾਰ ਵਿੱਚ ਸ਼ੋਭਾ ਵਧਾ ਰਹੇ ਹੋ, ਆਓ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਰੀਏ ਧਿਆਨ। ਆਪ ਮਹਾਰਾਜ ਅੰਗ ਸੰਗ ਸਹਾਈ ਹੋ ਕੇ ਇਹ ਸਾਰੀ ਕਥਾ ਵਾਰਤਾ ਕਰਵਾ ਲੈਣ, ਕੋਈ ਰਸਨਾ ਵਾਂਝੀ ਨਾ ਰਹੇ। ਬੜੇ ਪਿਆਰ ਅਦਬ ਸਹਿਤ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਫਿਰ ਕਰੋ ਕਿਰਪਾ, ਉਚਾਰਨ ਕਰੋ ਜੀ ਸਤਨਾਮ ਸ਼੍ਰੀ ਗੁਰੂ ਸਾਹਿਬ ਜੀਓ। ਜੋ ਅੱਜ ਦਾ ਪਾਵਨ ਬਚਨ ਹੈ, ਇਸ ਸ਼ਬਦ ਦੀ ਉਥਾਨਕਾ ਮਿਲਦੀ ਹੈ ਵੀ ਇਹ ਸ਼ਬਦ ਮਹਾਰਾਜ ਜੀ ਨੇ ਕਦੋਂ ਉਚਾਰਨ ਕੀਤਾ ਹੈ। ਧੰਨ ਸ਼੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜਦੋਂ ਸੰਗਲਾ ਦੀਪ ਦੀ ਧਰਤੀ ਤੇ ਪਹੁੰਚਦੇ ਆ, ਜਿੱਥੇ ਪਹਿਲਾਂ ਮਨ ਸੁੱਖ ਜਾਂਦਾ ਤੇ ਸੰਗਲਾ ਦੀਪ ਦਾ ਰਾਜਾ ਮਨ ਸੁੱਖ ਤੋਂ ਬੜਾ ਪ੍ਰਭਾਵਿਤ ਹੁੰਦਾ ਹੈ। ਗੁਰੂ ਸਾਹਿਬ ਦੀ ਬਾਣੀ ਸੁਣ ਕੇ ਉਹ ਆਖਦਾ, ਮੈਂ ਤੇਰੇ ਗੁਰੂ ਦੇ ਦਰਸ਼ਨ ਕਰਨਾ ਚਾਹੁੰਦਾ। ਤੂੰ ਕੈਸੇ ਗੁਰੂ ਦਾ ਸਿੱਖ ਹੈ? ਇਸ ਕਲਯੁਗ ਵਿੱਚ ਵੀ ਤੇਰੇ ਗੁਰੂ ਵਰਗਾ ਕੋਈ ਗੁਰੂ ਹੋ ਸਕਦਾ ਜਿੰਨੀ ਤੂੰ ਸ਼ੋਭਾ ਕਹਿ ਰਿਹਾ? ਮੈਂ ਤੇਰੇ ਨਾਲ ਜਾਣਾ। ਰਾਜਾ ਸ਼ਿਵਨਾਭ ਜਦੋਂ ਜਿੱਦ ਕਰਦਾ ਵੀ ਮੈਂ ਤੇਰੇ ਨਾਲ ਜਾਣਾ, ਮਨਸੁਖ ਇਨਕਾਰ ਕਰਦਾ। ਮਨਸੁਖ ਆਖਦਾ ਵੀ ਗੁਰੂ ਸਾਹਿਬ ਤੂੰ ਇੱਥੇ ਬਹਿ ਕੇ ਯਾਦ ਕਰੋ, ਇੱਥੇ ਆਉਣਗੇ। ਤੂੰ ਪਿਆਰ ਨਾਲ ਯਾਦ ਕਰੇਗਾ, ਉਹ ਕਿਤੇ ਵੀ ਪਹੁੰਚ ਸਕਦੇ ਆ।
ਤੇਰੀ ਭਾਵਨਾ ਪੂਰੀ ਕਰਨ ਤੈਨੂੰ ਦਰਸ਼ਨ ਦੇਣ ਇੱਥੇ ਹੀ ਆਉਣਗੇ। ਚਲੋ ਜੀ, ਰਾਜਾ ਸ਼ਿਵਨਾਭ ਮਹਾਰਾਜ ਦੀ ਯਾਦ ਵਿੱਚ ਬੈਠ ਜਾਂਦਾ ਹੈ। ਪੁੱਛਿਆ ਉਹਨਾਂ ਦੀਆਂ ਨਿਸ਼ਾਨੀਆਂ ਕੀ ਨੇ, ਜੇ ਆਏ ਮੈਨੂੰ ਕਿਵੇਂ ਪਤਾ ਲੱਗੇਗਾ ਕਿ ਇਹੀ ਗੁਰੂ ਨਾਨਕ ਨੇ। ਦੱਸ ਦਿਆ ਵੀ ਪਹਿਲੀ ਗੱਲ ਤੇ ਉਹਨਾਂ ਦਾ ਤੇਜ ਪ੍ਰਤਾਪ ਹੀ ਤੈਨੂੰ ਦੱਸ ਦੇਗਾ। ਦੂਜਾ ਨਾਮ ਉਹਨਾਂ ਦਾ ਗੁਰੂ ਨਾਨਕ ਹੈ। ਖੱਤਰੀਆਂ ਦੀ ਕੁੱਲ ਵਿੱਚ ਨਿਵੇਦੀ ਨੇ, ਪਿੰਡ ਦਾ ਨਾਮ ਤਲਵੰਡੀ ਹੈ। ਮੈਂ ਤਾਂ ਕਲਿਆਣ ਦਾਸ ਦੇ ਪੁੱਤਰ ਨੇ ਤੇ ਕਹਿ ਦਿੱਤਾ ਫਕੀਰੀ ਉਹਨਾਂ ਦਾ ਲਿਬਾਸ ਹੈ। ਚਲੋ ਜੀ, ਇਹ ਗੱਲ ਰਾਜਾ ਸ਼ਿਵਨਾਭ ਸੁਣ ਲੈਂਦਾ, ਮਨਸੋ ਖਾ ਜਾਂਦਾ, ਰੋਜ਼ ਬਾਣੀ ਪੜ੍ਹਦਾ, ਸਤਿਗੁਰ ਨੂੰ ਯਾਦ ਕਰਦਾ। ਇੰਨਾ ਕੁ ਪਿਆਰ ਵੱਧਦਾ ਦਿਨ ਬਾ ਦਿਨ। ਮੈਂ ਸੰਖੇਪ ਵਿੱਚ ਹੀ ਵਿਚਾਰ ਕਰਾਂ ਸਾਧ ਸੰਗਤ, ਫਿਰ ਇਹ ਗੱਲ ਸੁਣ ਕੇ ਅਨੇਕ ਪਖੰਡੀ ਵੀ ਉੱਥੇ ਆਏ ਵੀ ਰਾਜਾ ਸ਼ਿਵਨਾਭ ਗੁਰੂ ਨਾਨਕ ਦੀ ਉਡੀਕ ਕਰਦਾ। ਉਹ ਆਪਣੇ ਆਪ ਨੂੰ ਨਾਨਕ ਖਵਾਉਂਦੇ ਸਨ, ਨਾਨਕ ਨਾਮ ਰਖਵਾ ਲਿਆ, ਫਕੀਰੀ ਲਿਬਾਸ ਪਾ ਲਿਆ। ਜਦੋਂ ਰਾਜ ਨੂੰ ਆ ਕੇ ਦੱਸਿਆ ਗਿਆ ਵੀ ਨਾਨਕ ਨਾਮ ਦਾ ਫਕੀਰ ਆਇਆ ਹੈ, ਉਹਨੇ ਪਹਿਲਾਂ ਆਪ ਗਿਆ, ਜਦੋਂ ਵੇਖਿਆ ਪੱਲੇ ਕੁੱਝ ਨੇ, ਉਹਨੇ ਫਿਰ ਆਖਿਆ ਵੀ ਇਹ ਤੇ ਬਹੁਤ ਆਉਣ ਲੱਗ ਪਏ, ਹਰ ਕੋਈ ਆ ਕੇ ਕਹਿ ਦਿੰਦਾ ਮੇਰਾ ਨਾਮ ਨਾਨਕ ਹੈ। ਉਹਨੇ ਆਖਿਆ ਵੀ ਇਹਨਾਂ ਦੀ ਪਰਖ ਕੀਤੀ ਜਾਵੇ ਪਹਿਲਾਂ ਸਾਰਿਆਂ ਦੀ। ਉਹਨੇ ਆਪਣੇ ਰਾਜ ਦੀਆਂ ਸੋਹਣੀਆਂ ਸੁੰਦਰ ਇਸਤਰੀਆਂ ਪਦਮਣੀਆਂ ਉਹਨਾਂ ਨੂੰ ਭੇਜਿਆ, ਪਹਿਲਾਂ ਤੁਸੀਂ ਜਾ ਕੇ ਪਰ ਕਰੋਗੀਆਂ, ਆਪਣਾ ਨਾਚ ਦਿਖਾਓਗੇ ਹਾਵ ਭਾਵ ਨਾਲ ਕਿ ਉਹ ਅੰਦਰੋਂ ਕਿਹੋ ਜਿਹਾ ਹੈ। ਚਲੋ ਜੀ, ਪਰਖ ਲਈ ਇਸਤਰੀਆਂ ਜਾਂਦੀਆਂ ਸਨ, ਜਿਹੜੇ ਵੀ ਆਏ ਡੋਲਦੇ ਗਏ ਨਾਲੋਂ ਨਾਲ। ਜਿੱਦਣ ਗੁਰੂ ਨਾਨਕ ਸੱਚੇ ਪਾਤਸ਼ਾਹ ਉੱਥੇ ਗਏ ਨਾ ਜੀ, ਮਹਾਰਾਜ ਇਹਦੇ ਬਾਗ ਵਿੱਚ ਜਾ ਬੈਠੇ। ਜਿਹੜਾ ਬਾਗ ਸੁੱਕਾ ਹੋਇਆ ਸੀ, ਉਹ ਬਾਗ ਹਰਿਆ ਹੋ ਗਿਆ। ਮਾਲੀ ਨੇ ਆ ਕੇ ਦੱਸਿਆ ਜੀ, ਤੁਹਾਡੇ ਬਾਗ ਵਿੱਚ ਕੋਈ ਸੰਤ ਸਾਧੂ ਆਇਆ, ਉਹਦੇ ਆਉਣ ਬਾਗ ਹਰਿਆ ਭਰਿਆ ਹੋ ਗਿਆ। ਰਾਜੇ ਦੇ ਮਨ ਵਿੱਚ ਆਏ ਕਿਤੇ ਗੁਰੂ ਨਾਨਕ ਨਾ ਹੋਣ। ਉਹਨੇ ਫਿਰ ਵੀ ਪਰਖ ਲਈ ਜੀ, ਸਾਧ ਸੰਗਤ ਆਪਣੀਆਂ ਉਹੀ ਸੋਹਣੀਆਂ ਇਸਤਰੀਆਂ ਜੋ ਪਹਿਲਾਂ ਜਾਂਦਿਆਂ ਉਹਨਾਂ ਭੇਜਿਆ। ਜਦੋਂ ਜਾ ਕੇ ਇਸਤਰੀਆਂ ਨੇ ਹਾਰ ਸ਼ਿੰਗਾਰ ਕੀਤਾ ਹੋਇਆ ਤੇ ਸਾਧ ਸੰਗਤ ਜਦੋਂ ਜਾ ਕੇ ਮਹਾਰਾਜ ਅੱਗੇ ਨੱਚਦੀਆਂ ਨੇ ਤੇ ਸਤਿਗੁਰੂ ਜੀ ਆਪਣੇ ਧਿਆਨ ਵਿੱਚ ਬੈਠੇ ਹੋਏ ਆ ਮਹਾਰਾਜ ਉਸ ਮਾਲਕ ਦੀ ਯਾਦ ਵਿੱਚ। ਹਜ਼ੂਰ ਦੇ ਮੁੱਖ ਵਿੱਚੋਂ ਇਹ ਬਚਨ ਨਿਕਲੇ ਸਨ, ਗਾਛੋ ਪੁੱਤਰੀ ਰਾਜਕੁਮਾਰ। ਆਖਿਆ ਰਾਜਕੁਮਾਰੀ ਉਹ ਦੱਸਿਓ ਆਪਣੇ ਘਰਾਂ ਨੂੰ ਜਾਓ। ਸਾਧ ਸੰਗਤ ਧੀਆਂ ਕਹਿ ਕੇ ਮਹਾਰਾਜ ਨੇ ਉਹਨਾਂ ਨੂੰ ਮੁਖਾਤਿਬ ਕੀਤਾ, ਉਹ ਹਜ਼ੂਰ ਦੇ ਅੱਗੇ ਨਤਮਸਤਕ ਹੋਈਆਂ। ਉੱਥੇ ਫਿਰ ਮਹਾਰਾਜ ਆਖਦਿਆ, ਜੋ ਤੁਸੀਂ ਤਨ ਤੇ ਸ਼ਿੰਗਾਰ ਕੀਤਾ ਹੈ ਨਾ, ਇਹ ਸ਼ਿੰਗਾਰ ਦੂਜਿਆਂ ਨੂੰ ਉਹਨਾਂ ਅੰਦਰ ਵਾਸ਼ਨਾਵਾਂ ਪੈਦਾ ਕਰਦਾ। ਮਹਾਰਾਜ ਨੇ ਆਖਿਆ, ਸ਼ਿੰਗਾਰ ਉਹ ਕਰੋ ਜਿਹੜਾ ਤੁਹਾਡੇ ਪਤੀ ਪਰਮਾਤਮਾ ਨੂੰ ਭਾ ਜਾਏ। ਸ਼ਿੰਗਾਰ ਉਹ ਹੋਣਾ ਚਾਹੀਦਾ ਜਿਹਦੇ ਤੁਹਾਨੂੰ ਤੁਹਾਡੇ ਪਤੀ ਪਰਮਾਤਮਾ ਦਾ ਪਿਆਰ ਮਿਲੇ। ਫਿਰ ਉੱਥੇ ਮਹਾਰਾਜ ਜੋ ਸ਼ਿੰਗਾਰ ਦਾ ਢੰਗ ਦੱਸਦੇ ਆ, ਉਹ ਆਹ ਸ਼ਬਦ ਸੀ ਉੱਥੇ ਜਿਹੜਾ ਅਸੀਂ ਅੱਜ ਪੜ੍ਹਿਆ ਤੇ ਸਾਧ ਸੰਗਤ ਜਿਹੜਾ ਅੱਜ ਦਾ ਸ਼ਬਦ ਹੈ ਇਹ 'ਚ ਸ਼ਿੰਗਾਰ ਹੀ ਹੈ ਸਾਰਾ, ਪਰ ਇਹ ਸ਼ਿੰਗਾਰ ਆਤਮਿਕ ਸ਼ਿੰਗਾਰ ਹੈ। ਇੱਕ ਤੇ ਸ਼ਿੰਗਾਰ ਹੈ ਸਰੀਰਕ ਸ਼ਿੰਗਾਰ ਹੈ ਨਾ, ਬਾਹਰ ਦਾ ਸ਼ਿੰਗਾਰ ਉਹ ਨਹੀਂ ਹੈ। ਇਸ ਸ਼ਬਦ ਵਿੱਚ ਨਿਰੋਲ
ਤੁਹਾਨੂੰ ਆਤਮਿਕ ਸ਼ਿੰਗਾਰ ਹੀ ਮਿਲੇਗਾ ਜੋ ਹਰ ਇੱਕ ਜੀਵ ਦਾ ਹੋਣਾ ਚਾਹੀਦਾ, ਸਾਡਾ ਵੀ ਹੋਣਾ ਚਾਹੀਦਾ, ਹਰ ਇੱਕ ਦਾ ਹੋਣਾ ਚਾਹੀਦਾ। ਅਸੀਂ ਇਸ ਸ਼ਬਦ ਵਿੱਚ ਫਿਰ ਮਹਾਰਾਜ ਉੱਥੇ ਆ ਸ਼ਬਦ ਉਚਾਰਨ ਕਰਦੇ ਆ ਤੇ ਆਤਮਿਕ ਸ਼ਿੰਗਾਰ ਦੀ ਗੱਲ ਕਰਦੇ ਆ। ਉਂਝ ਸ਼ਿੰਗਾਰ ਦਾ 16 ਤਰ੍ਹਾਂ ਦਾ ਸ਼ਿੰਗਾਰ ਮੰਨਿਆ ਜਾਂਦਾ। ਜੇ ਮਹਾਰਾਜ ਵੀ ਕਹਿੰਦੇ ਆ 16 ਕਿ ਇਹ ਸ਼ਿੰਗਾਰ ਕੇ ਅੰਜਣ ਪਾਜੇ ਆ, ਜਾਂ ਮਹਾਰਾਜ ਆਖਦੇ ਕਾਜਲ ਹਾਰ ਤੰਬੋਲ ਰਸ ਲੇ ਤਨ ਕੀਆ ਸਿਗਾਰ, ਸੇਜੈ ਕੰਤ ਨਾ ਆਇਓ ਏਵੈ ਭਇਆ ਵਿਕਾਰ। ਤੂੰ ਭਾਵੇਂ ਜਿੰਨਾ ਮਰਜ਼ੀ 16 ਤਰ੍ਹਾਂ ਦਾ ਬਾਹਰੀ ਸ਼ਿੰਗਾਰ ਕਰ, ਹਾਂ ਪਰ ਤੇਰੀ ਸੇਜਾ ਤੇ ਪਰਮਾਤਮਾ ਨਹੀਂ ਆਏਗਾ। ਜਦੋਂ ਤੇਰੀ ਸੇਜਾ ਤੇ ਤੇਰਾ ਪਤੀ ਹੀ ਨਹੀਂ ਆਇਆ, ਫਿਰ ਤੇਰਾ ਕੀਤਾ ਹੋਇਆ ਸ਼ਿੰਗਾਰ ਕਿਸ ਕੰਮ ਦਾ? ਇਹ ਤੇ ਚਲਾ ਗਿਆ। ਉਹ ਸ਼ਿੰਗਾਰ ਬਾਹਰੀ ਹੈ ਜਿਹੜਾ ਇਹ ਹੈ ਕਾਜਲ ਹਾਰ ਤੰਬੋਲ ਰਸ ਲੇ ਤਨ ਕੀਆ ਸ਼ਿੰਗਾਰ, ਪਰ ਜਿਹੜਾ ਅੱਜ ਦੱਸਣਗੇ ਮਹਾਰਾਜ ਇਹ ਆਤਮਿਕ ਸ਼ਿੰਗਾਰ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਸ਼ਬਦ ਆਰੰਭ ਹੁੰਦਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਗਲ ਕਰਦੇ ਆ। ਪਹਿਲਾਂ ਉਸ ਅਕਾਲ ਪੁਰਖ ਕਰਤਾਰ ਨੂੰ ਯਾਦ ਕੀਤਾ ਕਿ ਤੁਸੀਂ ਸਰਬ ਵਿਆਪਕ ਹੋ, ਸਤਿਗੁਰੂ ਦੀ ਕਿਰਪਾ ਨਾਲ ਤੁਹਾਨੂੰ ਪਾਇਆ ਜਾ ਸਕਦਾ। ਆਸਾ ਕਰ ਛੇਵਾਂ ਮਹੱਲਾ ਪਹਿਲਾ, ਪਿਛਲਾ ਇੱਕੋ ਸ਼ਬਦ ਘਰ ਪੰਜਵੇਂ ਵਿੱਚ ਸੀ, ਹੁਣ ਘਰ ਛੇਵਾਂ ਆ ਗਿਆ। ਇੱਥੇ ਛੇਵੇਂ ਘਰ ਵਿੱਚ ਰਾਗ ਆਸਾ ਅੰਦਰ ਗੁਰੂ ਨਾਨਕ ਜੀ ਉਚਾਰਨ ਕਰਦੇ ਆ। ਪਹਿਲਾ ਬਚਨ ਆਖਿਆ ਮਨ ਮੋਤੀ ਜੇ ਗਹਿਣਾ ਹੋਵੇ ਪੌਣ ਹੋਵੇ ਸੋਤ ਧਾਰੀ। ਮਹਾਰਾਜ ਆਖਦੇ ਆ ਇਸਤਰੀ ਮੋਤੀ ਧਾਰਨ ਕਰਦੀ ਹੈ ਆਪਣੇ ਸ਼ਿੰਗਾਰ ਅੰਦਰ। ਸਤਿਗੁਰੂ ਜੀ ਆਖਦੇ ਆ ਤੇਰਾ ਮਨ ਮੋਤੀ ਬਣ ਜਾਣਾ ਚਾਹੀਦਾ। ਇਹ ਆਤਮਿਕ ਸ਼ਿੰਗਾਰ ਹੈ, ਜਿਵੇਂ ਸੁੱਚਾ ਮੋਤੀ ਹੁੰਦਾ ਨਾ, ਤੇਰਾ ਮਨ ਸੁੱਚੇ ਮੋਤੀ ਵਾਂਗ ਬਿਲਕੁਲ ਸਾਫ ਨਿਰਮਲ ਉਜਵਲ ਹੋਣਾ ਚਾਹੀਦਾ। ਜੇ ਪਹਿਲਾਂ ਤੇਰੇ ਤਨ ਤੇ ਇਹ ਗਹਿਣਾ ਆ ਗਿਆ ਨਾ ਮਨ ਰੂਪੀ ਮੋਤੀ ਦਾ, ਮਹਾਰਾਜ ਆਖਦੇ ਆ ਇਹ ਸਮਝ ਲਈ ਫਿਰ ਤੇਰੇ ਜੀਵਨ ਵਿੱਚ ਬਰਕਤ ਆਉਣੀ ਸ਼ੁਰੂ ਹੋ ਜਾਏਗੀ। ਗੱਲ ਹੀ ਸਾਰੇ ਮਨ ਦੀ ਹੈ। ਹਜ਼ੂਰ ਕਹਿ ਲਗੇ ਮਨ ਮੋਤੀ ਜੇ ਗਹਿਣਾ ਹੋਵੇ ਪੌਣ ਹੋਵੇ ਸੂਤ ਧਾਰੀ, ਤੇ ਮਹਾਰਾਜ ਆਖਦੇ ਆ ਜਿਹੜੀ ਮੋਤੀਆਂ ਦੀ ਮਾਲਾ ਤੂੰ ਧਾਰਨ ਕਰਨੀ ਹੈ ਨਾ। ਮਹਾਰਾਜ ਆਖਦੇ ਆ ਜਿਵੇਂ ਮੋਤੀਆਂ ਨੂੰ ਪਰਾਉਣ ਲਈ ਧਾਗੇ ਦੀ ਲੋੜ ਪੈਂਦੀ ਹੈ, ਸੂਤ ਦੀ ਲੋੜ ਪੈਂਦੀ ਹੈ ਨਾ। ਹਜ਼ੂਰ ਕਹਿਣ ਲੱਗੇ ਤੂੰ ਦੁਨਿਆਵੀ ਸੂਤਰ ਨਹੀਂ ਲੈਣਾ, ਦੁਨਿਆਵੀ ਧਾਗਾ ਨਹੀਂ ਲੈਣਾ। ਜਦੋਂ ਮਨ ਹੀ ਰੂਪੀ ਮੋਤੀ ਦੁਨਿਆਵੀ ਨਹੀਂ ਹੈ, ਜਦੋਂ ਮਨ ਤੇਰਾ ਅੰਦਰਲਾ ਹੀ ਸੁੱਚਾ ਮੋਤੀ ਬਣ ਗਿਆ, ਤੇ ਮਹਾਰਾਜ ਆਖਦਿਆ ਮਨ ਰੂਪੀ ਮੋਤੀ ਲਈ ਧਾਗਾ ਹੋਰ ਨਹੀਂ ਚਾਹੀਦਾ, ਧਾਗਾ ਤੇਰੇ ਸਵਾਸ ਚਾਹੀਦੇ। ਸ਼ਬਦ ਵਰਤਿਆ ਸੀ ਪੌਣ ਹੋਵੇ, ਪੌਣ ਦਾ ਅਰਥ ਹੁੰਦਾ ਸਵਾਸ, ਕਿਉਂਕਿ ਪੌਣ ਦਾ ਅਰਥ ਹਵਾ ਹੈ। ਜਿਹੜੇ ਸਵਾਸ ਨੇ ਇਹ ਹਵਾ ਹੀ ਤੇ ਹੈ, ਹਵਾ ਹੀ ਹੈ ਨਾ ਜੋ ਅਸੀਂ ਸਾਹ ਲੈ ਰਹੇ ਹਾਂ, ਸਾਹ ਆ ਰਹੇ ਆ ਜਾ ਰਹੇ ਆ। ਹਜ਼ੂਰ ਆਖਦਿਆ ਪੌਣ ਹੋਵੇ ਸੂਤ ਧਾਰੀ, ਤੇਰੇ ਇੱਕ ਇੱਕ ਸਵਾਸ ਦੇ ਨਾਲ ਤੇਰੇ ਮਨ ਵਿੱਚ ਉਸ ਪਰਮਾਤਮਾ ਦੀ ਯਾਦ ਆਵੇ। ਜਿੱਦਣ ਤੇਰੇ ਮਨ ਰੂਪੀ
ਸੁੱਚੇ ਮੋਤੀ ਅੰਦਰ ਤੋਂ ਆਪਣੇ ਸਵਾਸਾਂ ਨਾਲ ਇਹਨੂੰ ਪਰੋ ਲਿਆ। ਹਜ਼ੂਰ ਆਖਦਿਆ ਇੱਕ ਇੱਕ ਸਵਾਸ ਤੇ ਤੇਰਾ ਮਨ ਵਾਹਿਗੁਰੂ 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 ਨੂੰ ਚੇਤੇ ਕਰੇ ਤੇ ਸਮਝ ਲਈ ਤੇਰੇ ਤੂੰ ਆਪਣੇ ਮਨ ਰੂਪੀ ਮੋਤੀ ਦਾ ਸੋਹਣਾ ਸ਼ਿੰਗਾਰ ਕਰ ਲਿਆ ਹੈ। ਫਿਰ ਅੱਗੇ ਆਖਦਿਆ ਖਿਮਾ ਸਿਗਾਰ ਕਾਮਨ ਤਨ ਪਹਿਰੈ ਰਾਵੈ ਲਾਲ ਪਿਆਰੀ। ਹੇ ਆਪਣੇ ਸੋਹਣੇ ਲਾਲ ਪ੍ਰਭੂ ਦੀ ਪਿਆਰੀ ਇਸਤਰੀਏ, ਜੇ ਤੂੰ ਮਨ ਨੂੰ ਮੋਤੀ ਬਣਾ ਲਿਆ ਤੇ ਖਿਮਾ ਦਾ ਸ਼ਿੰਗਾਰ ਵੀ ਨਾਲ ਕਰੀ। ਤੇਰੇ ਵਿੱਚ ਖਿਮਾ ਦਾ ਗੁਣ ਚਾਹੀਦਾ, ਤੇਰੇ ਵਿੱਚ ਦੂਜੇ ਦੀ ਕਹੀ ਹੋਈ ਗੱਲ ਨੂੰ ਸਹਾਰਨ ਦਾ ਜਜ਼ਬਾ ਚਾਹੀਦਾ, ਤੇਰੇ ਵਿੱਚ ਬਰਦਾਸ਼ਤ ਕਰਨ ਦੀ ਹਜ਼ੂਰ ਆਖਦਿਆ ਤਸੀਰ ਹੋਣੀ ਚਾਹੀਦੀ ਹੈ। ਖਿਮਾ ਸਿਗਾਰ ਖਿਮਾ ਦੇ ਸੋਹਣੇ ਕੱਪੜੇ ਆਪਣੇ ਤਨ ਤੇ ਪਹਿਰ ਲਵੀਂ। ਖਿਮਾ ਸਿਗਾਰ ਕਾਮਣ ਤਨ ਪਹਿਰੈ ਰਾਵੈ ਲਾਲ ਪਿਆਰੀ। ਫਿਰ ਮਹਾਰਾਜ ਰਹਾਉ ਦੀਆਂ ਤੁਕਾਂ ਵਿੱਚ ਆਖਦਿਆ ਲਾਲ ਬਹੁ ਗੁਣ ਕਾਮਣ ਮੋਹੀ। ਇੱਥੇ ਲਾਲ ਪਰਮਾਤਮਾ ਨੂੰ ਮੁਖਾਤਿਬ ਹੋ ਕੇ ਕਿਹਾ, ਜਿਵੇਂ ਮਹਾਰਾਜ ਵੱਖ ਵੱਖ ਬਾਣੀ ਵਿੱਚ ਵੀ ਕਹਿੰਦੇ ਆ ਐਸੀ ਲਾਲ ਹਨ ਤੁਝ ਬਿਨ ਕੌਣ ਕਰੇ, ਮੂਹ ਲਾਲਣ ਸਿਉ ਪ੍ਰੀਤ ਬਣੀਏ। ਸਾਰੇ ਸ਼ਬਦ ਪਿਆਰ ਦੇ ਆ। ਉਸ ਪਰਮਾਤਮਾ ਨੂੰ ਮੁਖੋ ਤੇ ਮੁਖਾਤਿਬ ਹੋ ਕੇ ਸਾਰੇ ਬਚਨ ਕਹੇ ਗਏ। ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਆ ਲਾਲ ਬਹੁ ਗੁਣ ਕਾਮਣ ਮੋਹੀ। ਹੇ ਮੇਰੇ ਸੋਹਣੇ ਲਾਲ ਪ੍ਰਭੂ ਜੀਓ, ਤੁਹਾਡੇ ਵਿੱਚ ਬਹੁਤ ਗੁਣ ਨੇ, ਤੁਸੀਂ ਗੁਣਾਂ ਦੇ ਖਜ਼ਾਨੇ ਹੋ, ਗੁਣਾਂ ਦੇ ਸਾਗਰ ਹੋ। ਤੇ ਜਿਹੜੀ ਜੀਵ ਇਸਤਰੀ ਨੇ ਮਨ ਨੂੰ ਮੋਤੀ ਬਣਾ ਲਿਆ, ਖਿਮਾ ਦਾ ਸ਼ਿੰਗਾਰ ਕਰ ਲਿਆ, ਤੇ ਸਤਿਗੁਰੂ ਜੀ ਉਹਨੂੰ ਹੁਣ ਤੁਹਾਡੇ ਗੁਣ ਚੰਗੇ ਲੱਗਣੇ ਸ਼ੁਰੂ ਹੋ ਗਏ। ਤੁਹਾਡੇ ਗੁਣਾਂ ਨੇ ਉਹਨੂੰ ਮੋਹ ਲਿਆ ਹੈ। ਹੁਣ ਉਹ ਇਸਤਰੀ ਤੁਹਾਡੇ ਵੱਲ ਆਕਰਸ਼ਿਤ ਹੋ ਰਹੀ ਹੈ, ਜਿੱਥੇ ਉਹੀ ਇਸਤਰੀ ਪਹਿਲਾਂ ਪਰਮਾਤਮਾ ਰੂਪੀ ਸੋਹਣੇ ਪ੍ਰਭੂ ਦੇ ਗੁਣਾਂ ਨੂੰ ਛੱਡ ਕੇ ਵਿਕਾਰਾਂ ਵਿੱਚ ਖਜਿਤ ਹੋ ਰਹੀ ਸੀ। ਪਹਿਲੋਂ ਵਿਕਾਰਾਂ ਵਾਲੇ ਪਾਸੇ ਆਕਰਸ਼ਿਤ ਸੀ, ਮਾਇਆ ਵਾਲੇ ਪਾਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਾਲੇ ਪਾਸੇ, ਦੁਨੀਆਂ ਦੇ ਪਦਾਰਥ ਦੁਨੀਆਂ ਦੇ ਭੋਗ ਵਾਲੇ ਪਾਸੇ। ਪਰ ਹੁਣ ਉਹੀ ਇਸਤਰੀ ਸੋਹਣੇ ਲਾਲ ਜੀ, ਉਹ ਤੁਹਾਡੇ ਵਿੱਚ ਜਿੰਨੇ ਗੁਣ ਨੇ ਉਹ ਤੁਹਾਡੇ ਗੁਣਾਂ ਤੁਹਾਡੀ ਸਮਰੱਥਾ ਕਰਕੇ ਮੋਹੀ ਗਈ ਹੈ। ਤੇ ਹੁਣ ਉਹ ਇਸਤਰੀ ਇਹ ਵੀ ਆਖਦੀ ਹੈ ਕਿ ਤੇਰੇ ਗੁਣ ਹੋਏ ਨਾ ਅਵਰੀ, ਕਿ ਜਿਹੜੇ ਗੁਣ ਮੇਰੇ ਪਤੀ ਵਿੱਚ ਆ ਨਾ ਇਹ ਗੁਣ ਦੁਨੀਆਂ ਵਿੱਚ ਹੋਰ ਕਿਸੇ ਵਿੱਚ ਨਹੀਂ। ਭਾਵ ਮੇਰੇ ਪਤੀ ਪਰਮਾਤਮਾ ਵਰਗਾ ਦੁਨੀਆਂ ਤੇ ਹੋਰ ਹੈ ਕੌਣ? ਤਾਂ ਹੀ ਤੇ ਮਹਾਰਾਜ ਕਹਿੰਦੇ ਇਸਤਰੀ ਆਖਦੀ ਆ ਮੈਂ ਪੇਖਿਓ ਰੀ ਉੱਚਾ ਮੋਹਨ ਸਭ ਤੇ ਉੱਚਾ, ਆਨ ਨਾ ਸਮਸਰ ਕਉ ਲਾਗੈ ਢੂੰਡ ਰਹੇ ਹਮ ਮੂਚਾ। ਮੇਰੇ ਸੋਹਣੇ ਪਰਮਾਤਮਾ ਵਰਗਾ ਕੋਈ ਨਹੀਂ ਹੈ, ਉਹਦੇ ਜਿੰਨਾ ਉੱਚਾ, ਉਹਦੇ ਜਿੰਨਾ ਵੱਡਾ, ਉਹਦੀ ਸਮਰੱਥਾ ਵਾਲਾ ਦੁਨੀਆਂ ਵਿੱਚ ਕੋਈ ਨਹੀਂ। ਮੈਂ ਕੋਸ਼ਿਸ਼ ਕਰ ਕਰਕੇ ਲੱਭ ਲੱਭ ਕੇ ਥੱਕ ਚੁੱਕੀ ਹਾਂ, ਪਰ ਮੈਨੂੰ ਮੇਰੇ ਮੋਹਨ ਪਿਆਰੇ ਵਰਗਾ ਦੁਨੀਆਂ 'ਤੇ ਕੋਈ ਨਹੀਂ ਮਿਲਿਆ। ਜੀਵ ਇਸਤਰੀ ਆਖਦੀ ਆ ਤੇਰੇ ਗੁਣ ਹੋਏ ਨਾ ਅਵਰੀ, ਜਿੰਨੇ ਮਾਲਕਾ ਤੇਰੇ ਵਿੱਚ ਗੁਣਾ ਇੰਨੇ ਗੁਣ ਹੋਰ ਕਿਸੇ ਵਿੱਚ ਨਹੀਂ ਹੈ। ਅਵਰੀ ਦਾ ਭਾਵ ਹੈ ਹੋਰ ਕਿਸੇ ਵਿੱਚ, ਤੇ ਬਾਕੀ ਪਰਮਾਤਮਾ ਦਾ ਸ਼ਰੀਕ ਨਹੀਂ ਕੋਈ ਹੋ ਸਕਦਾ। ਰੱਬ ਦੀ ਬਰਾਬਰੀ ਕਰਨ ਵਾਲਾ ਕੌਣ ਹੋ ਸਕਦਾ?
ਰੱਬ ਦੀ ਬਰਾਬਰੀ ਉਹ ਕਰਦਾ ਜਿਹਨੂੰ ਰੱਬ ਨੇ ਬਣਾਇਆ। ਰੱਬ ਦਾ ਪੈਦਾ ਕੀਤਾ ਹੋਇਆ ਬੰਦਾ ਜੇ ਰੱਬ ਦਾ ਸ਼ਰੀਕ ਬਣ ਬੈਠੇ ਤੇ ਸਤਸੰਗ ਜੀ ਇਹ ਉਸ ਮਨੁੱਖ ਦੀ ਮੂਰਖਤਾ ਹੀ ਹੋਏਗੀ, ਮੂਰਖਤਾ ਹੋਏਗੀ। ਪਰ ਅਫਸੋਸ ਹੈ ਕਿ ਦੁਨੀਆਂ ਵਿੱਚ ਬੜੇ ਰੱਬ ਬਣੀ ਬੈਠੇ ਆ ਜੋ ਰੱਬ ਦੇ ਵਾਂਗ ਆਪਣੀ ਪੂਜਾ ਕਰਵਾਉਂਦੇ ਆ, ਜੋ ਆਪਣੇ ਆਪ ਨੂੰ ਰੱਬ ਦੇ ਵਾਂਗ ਦੁਨੀਆਂ ਵਿੱਚ ਪੇਸ਼ ਕਰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਆ ਰੱਬ ਪਰਮਾਤਮਾ ਕੇਵਲ ਤੇ ਕੇਵਲ ਇੱਕ ਹੈ, ਬਾਕੀ ਸਾਰੇ ਬਣਾਏ ਹੋਏ ਉਸ ਪਰਮਾਤਮਾ ਦੇ ਬੰਦੇ ਹੀ ਆ, ਉਸ ਪਰਮਾਤਮਾ ਦੇ ਬੰਦੇ ਹੀ ਆ। ਮਹਾਰਾਜ ਜੀ ਆਖਦੇ ਆ ਇਸ ਕਰਕੇ ਭਾਈ ਮੈਂ ਤਾਂ ਕਹਿ ਰਹੀ ਹਾਂ, ਲਾਲ ਬਹੁ ਗੁਣ ਕਾਮਣ ਮੋਹੀ, ਤੇਰੇ ਗੁਣ ਹੋਏ ਨਾ ਅਵਰੀ ਰਹਾਉ। ਅਗਲਾ ਬਚਨ ਕੀਤਾ, ਹਰ ਹਰ ਹਾਰ ਕੰਠ ਲੈ ਪਹਿਰੈ, ਦਾਮੋਦਰ ਦੰਤ ਲਈ। ਹੇ ਸੱਚੇ ਪਾਤਸ਼ਾਹ, ਪਰਮਾਤਮਾ ਦਾ ਨਾਮ ਦਾਮੋਦਰ ਤੋਂ ਭਾਵ ਪਰਮਾਤਮਾ ਲਈ ਸ਼ਬਦ ਵਰਤਿਆ ਗਿਆ, ਜਿਹਦੇ ਲੱਕ ਨੂੰ ਤੜਾਗੀ ਬੰਨੀ ਗਈ ਹੈ। ਦਾਮ ਪਲੱਸ ਉਦਰ, ਜੋ ਦਾਮੋਦਰ ਜਿੱਥੋਂ ਸ਼ਬਦ ਬਣਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਸਤਤ ਵਿੱਚ ਗੁਰੂ ਸਾਹਿਬ ਜੀ ਕਹਿ ਰਹੇ ਆ, ਜਿਹਨੇ ਪਰਮਾਤਮਾ ਦੇ ਨਾਮ ਦਾ ਦੰਦਾਸਾ ਧਾਰਨ ਕਰ ਲਿਆ ਤੇ ਜਿਹਨੇ ਹਰੀ ਦੇ ਨਾਮ ਨੂੰ ਆਪਣੇ ਗਲ ਦਾ ਹਾਰ ਬਣਾ ਲਿਆ, ਹੀਰੇ ਮੋਤੀਆਂ ਦਾ ਜੜਿਆ ਹੋਇਆ, ਤੇ ਸਮਝ ਲਓ ਉਹਨੇ ਆਪਣੇ ਜੀਵਨ ਵਿੱਚ ਬਹੁਤ ਕੁਝ ਜਿੱਤ ਲਿਆ। ਜਿਹਦੇ ਗਲ ਦਾ ਹਾਰ ਪਰਮਾਤਮਾ ਦਾ ਨਾਮ ਬਣ ਗਿਆ ਨਾ ਜੀ, ਸਮਝ ਲਓ ਉਹਨੇ ਬਹੁਤ ਕੁਝ ਖੱਟ ਲਿਆ। ਸਤਿਗੁਰੂ ਜੀ ਇਹ ਗੱਲ ਬਾਣੀ ਵਿੱਚ ਬਾਰ ਬਾਰ ਕਹਿੰਦੇ ਆ ਵੀ ਜੇ ਤੇਰੇ ਗਲ ਵਿੱਚ ਪਰਮਾਤਮਾ ਦੇ ਹਰੀ ਦੇ ਨਾਮ ਦਾ ਹਾਰ ਪਿਆ ਹੋਇਆ ਨਾ, ਹੁਣ ਗਲ ਵਿੱਚ ਨਾਮ ਦਾ ਹਾਰ ਪੈਣ ਤੋਂ ਭਾਵ ਕੀ ਹੈ? ਸਾਧ ਸੰਗਤ ਜਿਹਦੇ ਗਲ ਵਿੱਚ ਹਾਰ ਹੈ, ਕੰਠ ਵਿੱਚ ਹਾਰ ਹੈ, ਮਹਾਰਾਜ ਆਖਦਿਆ ਇਹਦਾ ਮਤਲਬ ਇਹ ਹੈ ਤੇਰੇ ਕੰਠ ਵਿੱਚੋਂ ਸਵਾਸ ਸਵਾਸ ਵਾਹਿਗੁਰੂ ਵਾਹਿਗੁਰੂ ਨਿਕਲਣਾ ਚਾਹੀਦਾ ਤੇਰੇ ਕੰਠ ਵਿੱਚੋਂ, ਤਾਂ ਮੰਨਿਆ ਜਾਏਗਾ ਵੀ ਤੇਰੇ ਗਲ ਵਿੱਚ ਤੇਰੇ ਕੰਠ ਵਿੱਚ ਪਰਮਾਤਮਾ ਦੇ ਨਾਮ ਦੀ ਮਾਲਾ ਹੈ, ਜਿਹਨੂੰ ਮਹਾਰਾਜ ਬਾਣੀ ਵਿੱਚ ਕਹਿੰਦੇ ਆ ਕੰਠੇ ਮਾਲਾ ਜਿਹਵਾ ਰਾਮ, ਤੇ ਨਾਲ ਮਹਾਰਾਜ ਕਹਿ ਦਿੰਦੇ ਆ ਕਿ ਉਸ ਪਰਮਾਤਮਾ ਦੇ ਕਿੰਨੇ ਕੁ ਨਾਮ ਕਜਪਾਂ, ਸਹੰਸ ਨਾਮ ਲੈ ਲੈ ਕਰੋ ਸਲਾਮ, ਸਹੰਸ ਤੋਂ ਭਾਵ ਹਜ਼ਾਰ, ਮੈਂ ਹਜ਼ਾਰਾਂ ਵਾਰ ਉਸ ਪਰਮਾਤਮਾ ਦਾ ਨਾਮ ਲਈ ਜਾਵਾਂ, ਨਾਲੇ ਨਾਮ ਲਈ ਜਾਵਾਂ ਤੇ ਨਾਲੇ ਉਹਦੇ ਅੱਗੇ ਮੱਥਾ ਟੇਕੀ ਜਾਵਾਂ। ਕੰਠੇ ਮਾਲਾ ਜਿਹਵਾ ਰਾਮ, ਸਹੰਸ ਨਾਮ ਲੈ ਲੈ ਕਰੋ ਸਲਾਮ, ਜਾ ਮਹਾਰਾਜ ਹੋਰ ਇੱਕ ਥਾਂ ਤੇ ਆਖਦੇ ਆ, ਸਤਿਗੁਰ ਸੱਚੇ ਪਾਤਸ਼ਾਹ ਜੀ ਆਖਦੇ ਆ ਜਿਸ ਮਨੁੱਖ ਨੇ ਇੱਕ ਇੱਕ ਸਵਾਸ ਨਾਲ ਪਰਮਾਤਮਾ ਦੇ ਨਾਮ ਨੂੰ ਜਪਿਆ, ਜਿਹਨੂੰ ਹਜ਼ੂਰ ਨੇ ਆਖਿਆ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਤੇਰਾ ਇੱਕ ਵੀ ਸਾਹ ਬਿਰਥਾ ਨਹੀਂ ਜਾਣਾ ਚਾਹੀਦਾ ਪਰਮਾਤਮਾ ਦੇ ਨਾਮ ਤੋਂ ਬਗੈਰ। ਜੇ ਤੂੰ ਇੱਕ ਇੱਕ ਸਵਾਸ ਨਾਲ ਵਾਹਿਗੁਰੂ ਵਾਹਿਗੁਰੂ ਜਪਦਾ, ਇਹਦਾ ਮਤਲਬ ਤੂੰ ਪਲ ਪਲ ਆਪਣੇ ਪਰਮਾਤਮਾ ਨੂੰ ਯਾਦ ਕਰਦਾ, ਤੇ ਜਿਹੜਾ ਪਲ ਪਲ ਪਰਮਾਤਮਾ ਨੂੰ ਯਾਦ ਕਰੇ ਫਿਰ ਪਰਮਾਤਮਾ ਉਹਦੇ ਹਿਰਦੇ ਵਿੱਚ ਆ ਟਿਕਦਾ ਹੈ, ਜਿਹਨੂੰ ਪੁਕਾਰਦਾ ਉਹਨੂੰ ਯਾਦ ਕਰਦਾ,
ਤੇ ਯਾਦ ਰੱਖੋ ਜਿਹਦਾ ਜੀਵਨ ਹੀ ਬਣ ਗਿਆ ਵਿਸ਼ਵਾਸ ਸਵਾਸ ਰੱਬ ਨੂੰ ਚੇਤੇ ਕਰਨਾ, ਕੋਈ ਛੋਟੀ ਗੱਲ ਨਹੀਂ, ਬਹੁਤ ਵੱਡੀ ਗੱਲ ਹੁੰਦੀ। ਸਵਾਸ ਸਵਾਸ ਰੱਬ ਦਾ ਨਾਮ ਕੰਠ ਵਿੱਚੋਂ ਨਿਕਲਣਾ ਸ਼ੁਰੂ ਹੋ ਜਾਏ ਨਾ ਕਿਤੇ, ਤੇ ਸਾਧ ਸੰਗਤ ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਬੰਦੇ ਦੀ, ਪਰ ਛੇਤੀ ਕੀਤਿਆਂ ਨਹੀਂ ਹੁੰਦੀ। ਮਹਾਰਾਜ ਕਹਿੰਦੇ ਆ, ਹਰ ਹਰ ਹਾਰ ਕੰਠ ਲਈ ਪਹਿਰੈ ਦਾਮੋਦਰ ਦੰਤ ਲਈ ਕਰ ਕਰ ਕਰਤਾ ਕੰਗਣ ਪਹਿਰੈ। ਗਲੇ ਦਾ ਹਾਰ ਵੀ ਦੱਸ ਦਿੱਤਾ, ਤਨ ਦਾ ਕੱਪੜਾ ਵੀ ਦੱਸ ਦਿੱਤਾ, ਮੋਤੀਆਂ ਦੀ ਮਾਲਾ ਵੀ ਦੱਸ ਦਿੱਤੀ। ਤੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਕਹਿੰਦੇ ਆ, ਜਿਹੜੇ ਤੂੰ ਹੱਥਾਂ ਵਿੱਚ ਕੰਗਣ ਪਾਉਂਦੀ ਆ ਨਾ ਸੋਨੇ ਦੇ, ਮਹਾਰਾਜ ਕਹਿਣ ਲੱਗੇ ਤੇਰੇ ਕੰਗਣ ਪਤਾ ਕਿਹੜੇ ਬਣਨੇ ਚਾਹੀਦੇ ਆ, ਕਿਉਂਕਿ ਸਾਰਾ ਆਤਮਿਕ ਸ਼ਿੰਗਾਰ ਹੈ। ਮਹਾਰਾਜ ਕਹਿੰਦੇ ਆ, ਕਰ ਕਰ ਕਰਤਾ ਕੰਗਣ ਪਹਿਰੈ। ਜਦੋਂ ਤੂੰ ਆਪਣੇ ਹੱਥਾਂ ਨਾਲ ਆਪਣੇ ਪਤੀ ਪਰਮੇਸ਼ਵਰ ਦੀ ਸੇਵਾ ਕਰੇਗੀ ਨਾ ਗੁਰੂ ਘਰ ਆ ਕੇ, ਸਮਝ ਲੈ ਤੂੰ ਆਪਣੇ ਹੱਥਾਂ ਵਿੱਚ ਸੋਨੇ ਦੇ ਕੰਗਣ ਪਾਏ ਹੋਏ। ਗੁਰੂ ਘਰ ਦੀ ਸੇਵਾ ਹੀ, ਤੇਰੇ ਪਤੀ ਪਰਮੇਸ਼ਵਰ ਦੀ ਸੇਵਾ ਹੀ ਤੇਰੇ ਲਈ ਕੰਗਣ ਹੈ। ਇਹ ਕੰਗਣ ਸੋਹਣੇ ਲੱਗਦੇ ਆ ਪਰਮਾਤਮਾ, ਹੋ ਸੋਨੇ ਦੇ ਕੜੇ ਨਹੀਂ ਸੋਹਣੇ ਲੱਗਦੇ, ਉਹਨੂੰ ਆਪਣੇ ਦਰ ਤੇ ਕੀਤੀ ਹੋਈ ਸੇਵਾ ਦਾ ਕੰਗਣ ਸੋਹਣਾ ਲੱਗਦਾ ਹੈ। ਮਹਾਰਾਜ ਕਹਿੰਦੇ ਆ, ਕਰ ਕਰ ਕਰਤਾ ਕੰਗਣ ਪਹਿਰੈ ਇਨ ਬਿਦ ਚਿੱਤ ਧਰਈ। ਇਸ ਤਰ੍ਹਾਂ ਪਰਮਾਤਮਾ ਦੀ ਸੇਵਾ ਕਰਦਿਆਂ ਹੋਇਆਂ ਵੀ ਆਪਣੇ ਚਿੱਤ ਵਿੱਚ ਪਰਮਾਤਮਾ ਦੇ ਨਾਮ ਨੂੰ ਵਸਾ ਕੇ ਰੱਖੀ। ਫਿਰ ਅੱਗੇ ਆਖਦਿਆਂ, ਮਦਸੂਦਨ ਕਰ ਮੁੰਦਰੀ ਪਹਿਰੈ, ਤੂੰ ਹੱਥਾਂ ਵਿੱਚ ਅੰਗੂਠੀਆਂ ਵੀ ਪਹਿਨਦੀ ਹੈ, ਹੱਥਾਂ ਵਿੱਚ ਛਾਪਾਂ ਵੀ ਪਾਉਂਦੀ ਹੈ। ਮਹਾਰਾਜ ਆਖਦਿਆਂ, ਮੁੰਦਰੀ ਬਣਾ ਉਸ ਮਦਸੂਦਨ ਪਰਮਾਤਮਾ ਦੇ ਨਾਮ ਨੂੰ। ਪਰਮਾਤਮਾ ਮਦਸੂਦਨ ਦਾ ਨਾਮ, ਉਹਦੀ ਯਾਦ ਹੀ ਮੁੰਦਰੀ ਬਣ ਜਾਣੀ ਚਾਹੀਦੀ ਹੈ ਤੇਰੇ ਹੱਥ ਦੀ, ਇਹ ਸ਼ਿੰਗਾਰ ਉਹਨੂੰ ਪਾਏਗਾ। ਤੇ ਆਖਦਿਆ, ਪਰਮੇਸ਼ਰ ਪੱਟ ਲਈ, ਜਿਹੜਾ ਤੂੰ ਕੱਪੜਾ ਆਪਣਾ ਸਿਰ ਢੱਕਣ ਵਾਸਤੇ ਵਰਤਦੀਆਂ, ਸਮਝ ਲਈ ਪਰਮਾਤਮਾ ਦਾ ਨਾਮ ਹੀ ਤੇਰੇ ਸਿਰ ਨੂੰ ਢੱਕਣ ਵਾਲਾ ਕੱਪੜਾ ਹੋਣਾ ਚਾਹੀਦਾ। ਹਜ਼ੂਰ ਆਖਦੇ, ਚੁੰਨੀ ਤੇਰੇ ਤਨ ਤੇ ਹੋਣੀ ਚਾਹੀਦੀ ਹੈ। ਬਚਨ ਆਖਿਆ, ਮਦਸੂਦਨ ਕਰ ਮੁੰਦਰੀ ਪਹਿਰੈ ਪਰਮੇਸ਼ਰ ਪੱਟ ਲਈ। ਪੱਟ ਦਾ ਅਰਥ ਵੀ ਕੱਪੜਾ ਹੁੰਦਾ ਹੈ। ਆਖਿਆ, ਪਰਮਾਤਮਾ ਦੀ ਯਾਦ ਦਾ ਕੱਪੜਾ ਹੀ ਤੇਰੇ ਅੰਦਰ ਹੋਣਾ ਚਾਹੀਦਾ, ਉਹਦੇ ਪ੍ਰੇਮ ਦਾ, ਜਿਹਨੂੰ ਮਹਾਰਾਜ ਨੇ ਵੀ ਆਖਿਆ, ਪ੍ਰੇਮ ਪਟੋਲਾ ਤੈਂ ਸਹਿ ਦਿੱਤਾ ਢੱਕਣ ਕੂ ਪੱਤ ਮੇਰੀ। ਦੁਨਿਆਵੀ ਕੱਪੜਾ ਮਾਲਕਾ ਮੇਰੀ ਪੱਤ ਨਹੀਂ ਢੱਕ ਸਕਦਾ ਰੱਬ ਦੀ ਦਰਗਾਹ ਵਿੱਚ, ਉੱਥੇ ਤੇਰੇ ਚਰਨਾਂ ਦਾ ਪ੍ਰੇਮ ਦਾ ਕੱਪੜਾ ਹੀ ਮੇਰੀ ਪੱਤ ਨੂੰ ਢੱਕੇਗਾ। ਤੇਰੇ ਚਰਨਾਂ ਦਾ ਪ੍ਰੇਮ ਹੀ ਮੇਰੀ ਪੱਤ ਨੂੰ ਢੱਕੇਗਾ। ਤਾਂ ਆਖਿਆ ਕਿ ਪ੍ਰੇਮ ਪਟੋਲਾ ਤੈਂ ਸਹਿ ਦਿੱਤਾ ਢੱਕਣ ਕੂ ਪੱਤ ਮੇਰੀ। ਤੇ ਆਖਿਆ, ਦਾਨਾ ਬੀਨਾ ਸਾਈ ਮੈਂਡਾ, ਹੇ ਮਾਲਕਾ ਤੇਰੇ ਵਰਗਾ ਨਾ ਕੋਈ ਦਾਨ ਹੈ ਨਾ ਕੋਈ ਬਿਨ ਹੈ, ਤੇਰੇ ਵਰਗਾ ਕੋਈ ਸਿਆਣਾ ਨਹੀਂ ਹੈ, ਤੇਰੇ ਵਰਗਾ ਕੋਈ ਦਾਨਿਸ਼ਵੰਦ ਨਹੀਂ ਹੈ, ਮੈਂ ਕਿਹਦੇ ਨਾਲ ਤੇਰੀ ਬਰਾਬਰੀ ਕਰਦੇ ਆ। ਮੇਰਾ ਪਤੀ ਇੱਕੋ ਇੱਕ ਹੈ ਤੇ ਉਹਦਾ ਨਾਮ ਹੀ ਸ਼੍ਰੇਸ਼ਟ ਹੈ। ਅੱਗੇ ਆਖਦੇ ਆ, ਸਤਿਗੁਰ ਜੀ, ਧੀਰਜ ਧੜੀ ਬੰਧਾਵੈ ਕਾਮਨ ਸ੍ਰੀ ਰੰਗ ਸੁਰਮਾ ਦੇਈ। ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਆ, ਧੀਰਜ
ਇਹ ਵੀ ਤੇਰੇ ਅੰਦਰ ਹੋਣਾ ਚਾਹੀਦਾ। ਮਹਾਰਾਜ ਨੇ ਆਖਿਆ ਜਿਹੜੀ ਮਾਂਗ ਵਿੱਚ ਸੰਦੂਰ ਭਰਦੀ ਹੈ, ਸਮਝ ਲੈ ਉਹ ਧੀਰਜ ਚਾਹੀਦਾ। ਜੇ ਮਾਂਗ ਵਿੱਚ ਸੰਦੂਰ ਭਰਦੀ ਹੈ, ਪੱਟੀਆਂ ਬੰਨਦੀ ਹੈ, ਹਜ਼ੂਰ ਆਖਦੇ, ਪਰ ਜੇ ਤੇਰੇ ਵਿੱਚ ਧੀਰਜ ਨਹੀਂ ਨਾ, ਧੀਰਜ ਤੋਂ ਬਗੈਰ ਪਤੀ ਦੀ ਗੱਲ ਨੂੰ ਸਹਾਰਿਆ ਨਹੀਂ ਜਾ ਸਕਦਾ। ਧੀਰਜ ਚਾਹੀਦਾ, ਹੌਸਲਾ ਚਾਹੀਦਾ, ਬੜਾ ਵੱਡਾ ਗੁਣ ਆਪਣੇ ਆਪ ਵਿੱਚ ਧੀਰਜ ਦਾ ਗੁਣ ਅੱਜ ਦੇ ਸਮੇਂ ਬੰਦੇ ਵਿੱਚ ਬਹੁਤ ਘੱਟ ਹੈ। ਨਾ ਧੀਰਜ ਹੈ, ਨਾ ਪੇਸ਼ੈਂਸ ਹੈ, ਨਾ ਸਹਾਰਨ ਦੀ ਸ਼ਕਤੀ, ਇਹ ਗੁਣ ਬਹੁਤ ਘੱਟ ਨੇ ਅੱਜ। ਹਰ ਬੰਦਾ ਇੱਕ ਦੂਜੀ ਦੀ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਦਾ, ਦੂਜੀ ਦੀ ਗੱਲ ਨੂੰ ਸਹਾਰ ਨਹੀਂ ਸਕਦਾ। ਅੱਜ ਪਰਿਵਾਰਾਂ ਵਿੱਚ ਕਲੇਸ਼ ਦਾ ਇੱਕ ਬਹੁਤ ਵੱਡਾ ਕਾਰਨ ਹੈ, ਪਿਤਾ ਪੁੱਤਰ ਦੀ ਗੱਲ ਨਹੀਂ ਸਹਾਰਦਾ, ਪੁੱਤਰ ਪਿਤਾ ਦੀ ਗੱਲ ਨਹੀਂ ਸਹਾਰਦਾ, ਪਤੀ ਪਤਨੀ ਇੱਕ ਦੂਜੇ ਦੀ ਗੱਲ ਨਹੀਂ ਸਹਾਰਦੀ, ਉਹਨਾਂ 'ਚ ਬਰਦਾਸ਼ਤ ਕਰਨ ਦੀ ਤਾਕਤ ਨਹੀਂ ਹੈ। ਪਰ ਜਿੰਨਾ ਘਰਾਂ ਵਿੱਚ ਇਹ ਚੀਜ਼ਾਂ ਹੁੰਦੀਆਂ, ਧੀਰਜ ਹੁੰਦਾ ਹੈ, ਪੇਸ਼ੈਂਸ ਹੁੰਦੀ ਹੈ, ਗੱਲ ਇੱਕ ਦੂਜੇ ਦੀ ਗੱਲ ਨੂੰ ਸੁਣਨ ਦੀ ਤਾਕਤ ਹੁੰਦੀ ਹੈ, ਸਹਾਰਨ ਦੀ ਤਾਕਤ ਹੁੰਦੀ ਹੈ, ਉਹਨਾਂ ਘਰਾਂ ਵਿੱਚ ਹਮੇਸ਼ਾ ਸੁੱਖ ਚੈਨ ਬਣਿਆ ਰਹਿੰਦਾ। ਇਸ ਕਰਕੇ ਸ਼ੁਭ ਗੁਣ ਨੇ ਬੜੇ ਪਿਆਰੇ, ਇਹ ਸਾਡੇ ਸੰਸਾਰਿਕ ਘਰਾਂ ਪਰਿਵਾਰਾਂ ਲਈ ਵੀ ਚਾਹੀਦੇ ਆ। ਚਲੋ ਰੱਬ ਨੂੰ ਮਿਲਣ ਲਈ ਤੇ ਗੁਣ ਚਾਹੀਦੇ ਚਾਹੀਦੇ ਨੇ, ਉਂਝ ਸੁੱਖਮਈ ਜੀਵਨ ਲਈ ਵੀ ਨਾ, ਇਹ ਅਸੀਂ ਗ੍ਰਹਿਸਥੀ ਹਾਂ, ਸਾਡੇ ਸੁੱਖਮਈ ਜੀਵਨ ਲਈ ਵੀ ਗੁਣ ਸਾਡੇ ਅੰਦਰ ਹੋਣੇ ਚਾਹੀਦੇ ਆ। ਮਹਾਰਾਜ ਜੀ ਨੇ ਆਖਿਆ ਇਸ ਕਰਕੇ ਧੀਰਜ ਧੜੀ ਬੰਦਾਵੈ ਕਾਮਣ, ਕਾਮਣ ਦਾ ਤਿਸਤਰੀ ਹੈ, ਸਰੀ ਰੰਗ ਸੁਰਮਾ ਦੀ, ਜੋ ਤੂੰ ਆਪਣੀਆਂ ਅੱਖਾਂ ਵਿੱਚ ਸੁਰਮਾ ਪਾਉਣਾ ਹੈ ਨਾ, ਉਹ ਸੁਰਮਾ ਹੋਰ ਨਹੀਂ, ਉਹ ਪਰਮਾਤਮਾ ਦੇ ਰੰਗ ਦਾ ਸੁਰਮਾ ਪਾਉਣਾ ਹੈ ਤੂੰ, ਸਰੀ ਰੰਗ ਉਸ ਮਾਲਕ ਦੇ ਰੰਗ ਦਾ। ਫਿਰ ਅਖੀਰ ਦਾ ਬਚਨ ਹੈ, ਆਖਿਆ ਮਨ ਮੰਦਰ ਜੇ ਦੀਪਕ ਜਾਲੇ, ਹੇ ਜੀਵ ਇਸਤਰੀ ਆਪਣੇ ਮਨ ਦੇ ਘਰ ਵਿੱਚ ਨਾ, ਮਨ ਮੰਦਰ ਵਿੱਚ ਜਿਹੜਾ ਮਨ ਤੂੰ ਸੁੱਚਾ ਮੋਤੀ ਬਣਾਇਆ, ਸਾਫ ਕੀਤਾ, ਨਿਰਮਲ ਉਜਵਲ ਹੈ, ਉਸ ਮਨ ਮੰਦਰ ਵਿੱਚ ਨਾ ਪਰਮਾਤਮਾ ਦੇ ਨਾਮ ਦਾ ਦੀਵਾ ਜਾਲ ਦੇ, ਭਾਵ ਗਿਆਨ ਦਾ ਦੀਵਾ ਬਾਲ ਉੱਥੇ, ਕਿਉਂਕਿ ਜਦੋਂ ਗਿਆਨ ਹੋਏਗਾ ਫਿਰ ਚਾਨਣ ਹੀ ਚਾਨਣ ਹੋਏਗਾ, ਗਿਆਨ ਦੇ ਪ੍ਰਕਾਸ਼ ਅੱਗੇ ਸਭ ਪ੍ਰਕਾਸ਼ ਫਿੱਕੇ ਆ, ਜਦੋਂ ਗਿਆਨ ਦਾ ਪ੍ਰਕਾਸ਼ ਹੁੰਦਾ ਸਭ ਹਨੇਰਾ ਮਿਟ ਜਾਂਦਾ ਹੈ। ਬਚਨ ਕਿਹਾ ਮਨ ਰੂਪੀ ਘਰ ਅੰਦਰ ਗਿਆਨ ਦਾ ਦੀਵਾ ਬਾਲ, ਤੇ ਨਾਲ ਬਚਨ ਕਹਿ ਦਿੱਤਾ ਆਪਣੇ ਹਿਰਦੇ ਦੀ ਸੇਜਾ ਤਿਆਰ ਕਰ, ਕਿਉਂਕਿ ਤੇਰੇ ਪਤੀ ਪਰਮੇਸ਼ਵਰ ਨੇ ਤੇਰੀ ਹਿਰਦਾ ਦੀ ਸੇਜਾ ਤੇ ਆਉਣਾ ਹੈ। ਜਦੋਂ ਅੰਦਰ ਗਿਆਨ ਦਾ ਬਲਦਾ ਹੋਇਆ ਪ੍ਰਕਾਸ਼ ਨਜ਼ਰ ਆ ਗਿਆ ਨਾ, ਤੇਰਾ ਪਤੀ ਪਰਮੇਸ਼ਵਰ ਤੇਰੇ ਹਿਰਦੇ ਦੀ ਸੇਜਾ ਤੇ ਆ ਕੇ ਟਿਕ ਜਾਏਗਾ। ਮਹਾਰਾਜ ਅੱਗੇ ਆਖਦਿਆ ਮਨ ਮੰਦਰ ਜੇ ਦੀਪਕ ਜਾਲੇ, ਕਾਇਆ ਸੇਜ ਕਰੇਈ ਗਿਆਨ ਰਾਓ ਜਬ ਸੇਜੇ ਆਵੇ, ਗਿਆਨ ਰਾਓ ਤੋਂ ਭਾਵ ਹੈ ਗਿਆਨ ਦਾ ਮਾਲਕ, ਉਹ ਪਤੀ ਪਰਮਾਤਮਾ ਵਾਹਿਗੁਰੂ, ਗਿਆਨ ਰਾਓ ਜਬ ਸੇਜੇ ਆਵੇ, ਜਦੋਂ ਪਰਮਾਤਮਾ ਤੇ ਹਿਰਦੇ ਦੀ ਸੇਜਾ ਤੇ ਆਵੇਗਾ ਤਾਂ ਨਾਨਕ ਭੋਗ ਕਰੇਈ, ਆਖਦਿਆ ਜਦੋਂ ਗੁਰੂ ਨਾਨਕ ਸੱਚਾ ਪਾਤਸ਼ਾਹ ਤੇਰੀ ਸੇਜਾ ਤੇ ਆ ਗਿਆ, ਉਹ ਫਿਰ ਤੈਨੂੰ ਮਾਣੇਗਾ, ਫਿਰ ਤੂੰ ਆਪਣੇ ਪਤੀ ਪਰਮੇਸ਼ਵਰ ਨਾਲ ਇੱਕ ਮਿਕ ਹੋ ਜਾਏਗੀ, ਭਾਵ ਤੂੰ ਉਹਦੇ ਨਾਲ ਰਾਵੀ ਜਾਏਗੀ, ਉਹਦੇ ਨਾਲ ਰਮ ਜਾਏਗੀ,
ਤੁਹਾਡੇ ਵਿੱਚ ਕੋਈ ਫਰਕ ਨਹੀਂ ਰਹਿ ਜਾਏਗਾ, ਤੁਸੀਂ ਦੋਵੇਂ ਇੱਕ ਰੂਪ ਹੋ ਜਾਓਗੇ, ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦਿਆ ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਏ ਸੋਏ। ਉਹ ਪਤੀ ਪਤਨੀ ਧਨ ਨੇ ਜਿਹੜੇ ਇੱਕ ਜੋਤ ਨੇ, ਤੇ ਮਹਾਰਾਜ ਤਾਂ ਕਹਿੰਦੇ ਆ ਗਿਆਨ ਰਾਓ ਜਬ ਸੇਜੇ ਆਵੇ ਤਾਂ ਨਾਨਕ ਭੋਗ ਕਰੇ। ਇੱਥੇ ਫਿਰ ਇਸ ਸ਼ਬਦ ਦੀ ਸੰਪੂਰਨਤਾ ਹੁੰਦੀ ਹੈ। ਅੱਜ ਸਤਿਗੁਰੂ ਜੀ ਨੇ ਨਿਰੋਲ ਆਤਮਿਕ ਸ਼ਿੰਗਾਰ ਦੱਸਿਆ ਵੀ ਜੀਵ ਇਸਤਰੀ ਵਿੱਚ ਸਾਰਾ ਸ਼ਿੰਗਾਰ ਹੋਣਾ ਚਾਹੀਦਾ, ਸ਼ੁਭ ਗੁਣ ਹੋਣੇ ਚਾਹੀਦੇ ਆ, ਮਹਾਰਾਜ ਭਲਾ ਕਰਨ, ਸਾਡੇ ਜੀਵਨ ਅੰਦਰ ਵੀ ਸਾਰੇ ਗੁਣ ਟਿਕਣ। ਇੰਨੀ ਕੁ ਬਚਨ ਪ੍ਰਵਾਨ ਕਰਿਆ ਜੇ ਆਓ, ਥੋੜ੍ਹਾ ਜਿਹਾ ਸਮਾਂ ਆਪਾਂ ਨਾਮ ਨਾਲ ਜੁੜਨਾ, ਸਭ ਕਿਰਪਾ ਕਰਿਓ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।